ਇਹਨੇ ਅੰਮ੍ਰਿਤਸਰ ਤੋਂ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜੋ ਮੌਜੂਦਾ ਗੁਰਮੀਤ ਸਿੰਘ ਔਜਲਾ ਨੂੰ ਘੇਰ ਰਹੇ ਨੇ। ਸੜਕਾਂ ਤੋਂ ਲੈ ਕੇ ਸੀਵਰੇਜ ਤੱਕ ਹਰ ਮਸਲੇ ਤੇ ਸਵਾਲ ਕੀਤਾ, ਇਲਜ਼ਾਮ ਲਾਇਆ ਕਿ ਚੰਡੀਗੜ੍ਹ ਦਾ ਪੈਸੇ ਦੇ ਆਏ ਪਰ ਅੰਮ੍ਰਿਤਸਰ ਦੇ ਵਿੱਚ ਕੋਈ ਕੰਮ ਨਹੀਂ ਕਰਵਾਇਆ। ਸੁਣੋ ਆਖਿਰ ਕੀ ਕਿਹਾ। ਕੰਸਲਟੇਟਿਵ ਕਮੇਟੀ ਪਾਰਲੀਮੈਂਟ ਦੀ ਐਗਰੀਕਲਚਰ ਦੇ ਮੈਂਬਰ ਨੇ, ਕਦੀ ਇਹਨਾਂ ਨੇ ਕੋਈ ਰਿਕਮੈਂਡੇਸ਼ਨ ਭੇਜੀ? ਜ਼ਰਾ ਚੈੱਕ ਕਰੋ ਫਾਰਮ ਲਾਸ ਤੇ, ਕੀ ਇਹਨਾਂ ਲਈ ਕੋਈ ਰਿਕਮੈਂਡੇਸ਼ਨ ਸੀਗੀ? ਇਹ ਮਾਰਚ ਤੱਕ ਕਮੇਟੀ ਦੀਆਂ ਸਾਰੀਆਂ ਪ੍ਰਿਵਿਲੇਜਿਸ ਇਹਨਾਂ ਨੇ ਯੂਜ਼ ਕੀਤੀਆਂ, ਕੋਈ ਰਿਜ਼ਾਈਨ ਨਹੀਂ ਕੀਤਾ। ਅਤੇ ਫਿਰ ਲੋਕ ਕਹਿੰਦੇ ਵਿਰੋਧ ਸਿਰਫ ਬੀਜੇਪੀ ਦਾ ਹੁੰਦਾ, ਇਹ ਕੀ ਪੋਲੀਟਿਕਸ ਖੇਡੀ ਜਾ ਰਹੀ ਹੈ? ਜਿਹੜੀਆਂ ਸੜਕਾਂ ਨੇ ਆਪਣੇ, ਜਿੰਨੀਆਂ ਵੀ ਵੱਡੀਆਂ ਸੜਕਾਂ ਬਣੀਆਂ, ਇਹ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਗਡਕਰੀ ਜੀ ਨੇ ਬਣਾਈਆਂ, ਸਭ ਨੂੰ ਪਤਾ ਹੈ। ਅਤੇ ਉਹਦਾ ਆਪਣੇ ਆਪ ਕਲੇਮ ਕਰ ਲਓ ਅਤੇ ਫਿਰ ਉਹ ਤਾਂ ਗੱਲ ਨਹੀਂ ਨਾ ਬਣਦੀ। ਅਤੇ ਜਿਹੜੀ ਐਲੀਵੇਟਡ ਰੋਡ ਸੀਗੀ ਗੁਮਟਾਲੇ ਚੌਂਕ ਨੂੰ ਅਤੇ ਏਅਰਪੋਰਟ ਨੂੰ, ਉਹਦਾ ਦੱਸੋ ਜ਼ਰਾ, ਉਹ ਕਿਉਂ ਨਹੀਂ ਅੱਗੇ ਚੱਲ ਰਹੀ? ਤੁਸੀਂ ਤਾਂ ਜ਼ਿਆਦਾ ਜਾਣਦੇ ਹੋ। ਆਪਾਂ ਲੋਹਾਰਕਾ ਰੋਡ ਬ੍ਰਿਜ, ਹਾਂਜੀ, ਉਹ ਹਾਲੇ ਤੱਕ ਨਹੀਂ ਕੰਸਟਰਕਟ ਹੋਇਆ, ਉਹਦਾ ਕੀ ਰੀਜ਼ਨ ਹੈ? ਕੁਛ ਪਲੋਟਾਂ ਦਾ ਤਾਂ ਨਹੀਂ ਕੋਈ ਚੱਕਰ? ਦੇਖੋ ਨਾ, ਇਹ ਡਿਵੈਲਪਮੈਂਟ ਅੰਮ੍ਰਿਤਸਰ ਦੀ ਹੋ ਰਹੀ ਹੈ। ਆਹ ਏਅਰਪੋਰਟ ਕਨੈਕਟੀਵਿਟੀ ਦੀ ਗੱਲ ਕਰਦੇ ਹਾਂ, ਇਹ ਕਾਰਗੋ ਫਲਾਈਟ ਇੱਕ ਵੀ ਨਹੀਂ ਚੱਲਦੀ, 20% ਕਾਰਗੋ ਯੂਟੀਲਾਈਜੇਸ਼ਨ ਹੈ। ਅਤੇ ਏਅਰਪੋਰਟ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸੀ, ਉਹਦਾ ਵੀ ਕਦੀ ਅਕਾਊਂਟੇਬਿਲਿਟੀ 'ਤੇ ਲਿਆ ਕਰੋ। ਹੋਰ ਆਪਣੀ ਐਨਰਜੀ ਦੇ ਸਟੈਂਡਿੰਗ ਕਮੇਟੀ ਦੇ ਮੈਂਬਰ ਨੇ, ਅਤੇ ਦੱਸੋ ਕਿੰਨਾ ਕੁ ਇੱਥੇ ਐਨਰਜੀ ਦਾ ਕੰਮ ਹੋਇਆ, ਕੋਈ ਸੋਲਰ ਕਿੰਨੀ ਕੁ ਲੱਗੀ? ਅਤੇ ਅਗਰ ਆਪਣੇ ਸਾਹਮਣੇ ਜਿਹੜਾ ਸੀਵਰੇਜ ਹੈ ਘਰ ਦਾ, ਦੋ ਟਰਮਾਂ ਹੋ ਗਈਆਂ, ਦੋ ਟਰਮਾਂ ਉਹ ਨਹੀਂ ਠੀਕ ਕਰ ਸਕੇ ਅਤੇ ਬਾਕੀ ਇਹਨਾਂ ਨੇ ਕੀ ਕਰਨਾ? ਇਹ ਸਾਹਮਣੇ ਪ੍ਰੈਕਟੀਕਲ ਇਸ਼ੂਜ਼ ਨੇ। ਦੇਖੋ, ਮੈਂ ਸ਼ੁਰੂ ਤੋਂ ਹੀ ਕਿਹਾ ਹੈ ਕਿ ਅਸੀਂ, ਮੇਰੀ ਮਿੱਟੀ ਘੱਟਾ ਸੁੱਟਣ ਦੀ ਰਾਜਨੀਤੀ ਨਹੀਂ ਆ, ਲੇਕਿਨ ਜਿਹੜੇ ਫੈਕਟਸ ਨੇ ਉਹ ਤਾਂ ਦੇਖਣੇ ਨਾ। ਹੁਣ ਇਹ ਦੱਸੋ, ਇਲੈਕਸ਼ਨ ਤੋਂ ਬਾਅਦ ਸਭ ਤੋਂ ਪਹਿਲਾਂ ਚੰਡੀਗੜ੍ਹ ਗੋਲਫ ਕਲੱਬ ਲਈ ਪੈਸਾ ਦਿੱਤਾ ਇਹਨਾਂ ਨੇ, ਇਹ ਤਾਂ ਹਕੀਕਤ ਹੈ। ਚੰਡੀਗੜ੍ਹ ਗੋਲਫ ਕਲੱਬ, ਇਹ ਅੰਮ੍ਰਿਤਸਰ ਲਈ ਡਿਵੈਲਪਮੈਂਟ ਇਸ਼ੂਜ਼ ਨਹੀਂ ਹੈਗੇ। ਤਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ।
ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।